ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਢੰਡਾਰੀ ਪੁਲ 'ਤੇ ਅੱਜ ਸਵੇਰੇ ਇੱਕ ਕੰਟੇਨਰ ਪਲਟ ਗਿਆ ਅਤੇ ਇੱਕ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹ ਹਾਦਸਾ ਵਾਪਰਿਆ। ਡਰਾਈਵਰ ਟਹਿਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਦੱਸਿਆ ਜਾ ਰਿਹਾ ਕਿ ਕੰਟੇਨਰ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਪੁਲ ਤੋਂ ਹੇਠਾਂ ਉਤਰ ਕੇ GT ਰੋਡ 'ਤੇ ਗੱਡੀ ਲੈਣ ਹੀ ਵਾਲਾ ਸੀ ਕਿ ਕੰਟੇਨਰ ਦੇ ਬਿਲਕੁਲ ਸਾਹਮਣੇ ਇੱਕ ਸਾਈਕਲ ਸਵਾਰ ਵਿਅਕਤੀ ਆ ਗਿਆ ਅਤੇ ਡਰਾਈਵਰ ਦੇ ਅਨੁਸਾਰ ਉਸਨੇ ਸਾਈਕਲ ਸਵਾਰ ਨੂੰ ਬਚਾਉਣ ਦੇ ਲਈ ਬ੍ਰੇਕਾਂ ਲਗਾ ਦਿੱਤੀਆਂ ਅਤੇ ਜਿਸ ਦੇ ਕਾਰਨ ਗੱਡੀ ਪਲਟ ਗਈ ਅਤੇ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਕੰਟੇਨਰ ਫੋਕਲ ਪੁਆਇੰਟ ਤੋਂ ਲੋਡ ਕੀਤਾ ਗਿਆ ਸੀ ਜਿਸ ਨੂੰ ਬਠਿੰਡਾ ਪਹੁੰਚਾਇਆ ਜਾਣਾ ਸੀ। ਪੁਲ 'ਤੇ ਕੰਟੇਨਰ ਪਲਟਣ ਦੇ ਕਾਰਨ ਕਾਫ਼ੀ ਦੇਰ ਤੱਕ ਟ੍ਰੈਫਿਕ ਜਾਮ ਵਾਲੀ ਸਥਿਤੀ ਵੀ ਬਣੀ ਰਹੀ। ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਟ੍ਰੈਫਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਅਤੇ ਪੁਲਿਸ ਅਨੁਸਾਰ ਕੰਟੇਨਰ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਰ, ਅਜੇ ਟਰਾਲਾ ਜਿਹੜਾ ਪਲਟਿਆ ਡੰਡਾਰੀ ਪੁਲ ਦੇ ਕੋਲ, ਕਿਸ ਤਰ੍ਹਾਂ ਪਲਟਿਆ ਅਤੇ ਤੁਸੀਂ ਪਹਿਲਾਂ ਕੌਣ ਹੋ, ਇਹ ਇੰਟਰੋਡਕਸ਼ਨ ਦਿਓ। ਭਾਅ ਜੀ, ਮੈਂ ਕੰਪਨੀ ਦੇ ਵਿੱਚ ਇੰਪਲਾਈ ਹਾਂ। ਕਿਹੜੀ ਕੰਪਨੀ? ਹਿੰਦ ਕੈਰੀਅਰ ਦੀ ਕੰਪਨੀ ਹੈ ਅਤੇ ਗੱਡੀ ਆ ਰਹੀ ਸੀ ਆਪਣੀ ਜੀ, ਇੱਕਦਮ ਸਾਈਕਲ ਵਾਲਾ ਅੱਗੇ ਆ ਗਿਆ, ਉਹ ਲੇਬਰਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਡਰਾਈਵਰ ਨੂੰ ਇੱਕਦਮ ਬ੍ਰੇਕ ਲੈਣੀ ਪਈ, ਜਿਹਦੇ ਕਰਕੇ ਪਿੱਛੋਂ ਗੱਡੀ ਝੋਲ ਮਾਰ ਗਈ। ਅਤੇ ਓਵਰ ਸਪੀਡ ਆ ਰਹੀ ਸੀ ਕਰੇ? ਨਹੀਂ, ਗੱਡੀ ਨੋਰਮਲ ਸਪੀਡ 'ਤੇ ਸੀ, ਕੋਈ ਓਵਰ ਸਪੀਡ ਨਹੀਂ ਸੀ ਗੱਡੀ ਦੀ, ਕਿਉਂਕਿ ਇੱਥੋਂ ਆਲਰੇਡੀ ਟਰਨ ਆ, ਟਰਨ ਦੇ ਉੱਤੋਂ ਕੋਈ ਵੀ ਓਵਰ ਸਪੀਡ ਨਹੀਂ ਆ ਸਕਦਾ। ਉਹ ਇੱਕਦਮ ਬ੍ਰੇਕ ਲੈਣ ਦੇ ਕਰਕੇ ਪਿੱਛੋਂ ਗੱਡੀ ਝੋਲ ਕਰ ਗਈ ਜੀ, ਕੰਟੇਨਰ ਲੋਡ ਹੋਣ ਦੇ ਕਰਕੇ, ਹੋਰ ਕੋਈ ਪ੍ਰੋਬਲਮ ਨਹੀਂ ਸੀ। ਡੰਡਾਰੀ ਪੁਲ ਦੇ ਕੋਲ ਲਗਾਤਾਰ ਇਹੋ ਜਿਹੇ ਹਾਦਸੇ, ਚਲੋ ਅੱਜ ਹੋਇਆ ਸਰ, ਟਰਨ ਹੀ ਇਸ ਤਰ੍ਹਾਂ ਦਾ, ਹੁਣ ਟਰਨ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ, ਕੀ ਕਰ ਸਕਦੇ ਹਾਂ? ਸਰ, ਟਰਨ ਪਤਾ ਕੀ, ਇੱਕਦਮ ਉਤਰਾਈ ਹੈ ਪਿੱਛੋਂ ਦੀ, ਅਤੇ ਇੱਥੋਂ ਆ ਕੇ ਜਿੰਨੀ ਮਰਜ਼ੀ ਬੰਦਾ ਬ੍ਰੇਕ ਲਵੇ, ਫਿਰ ਵੀ ਅੱਗੇ ਕੋਈ ਨਾ ਕੋਈ, ਜੇ ਰੋਂਗ ਸਾਈਡ ਬਹੁਤ ਚੜ੍ਹਦੇ ਨੇ ਲੋਕ ਇੱਥੋਂ ਦੀ, ਉਹਨਾਂ ਨੂੰ ਬਚਾਉਣ ਦੇ ਚੱਕਰ ਵਿੱਚ ਐਕਸੀਡੈਂਟ ਹੁੰਦੇ ਨੇ। ਕਮੀ ਹੈ ਰੋਂਗ ਸਾਈਡ 'ਤੇ ਚੜ੍ਹਦੇ? ਰੋਂਗ ਸਾਈਡ 'ਤੇ ਚੜ੍ਹਦੇ ਸਰ, ਇਹ ਤਾਂ ਹੁਣ ਪਬਲਿਕ ਨੂੰ, ਆਪ ਨੂੰ ਚਾਹੀਦਾ ਜਦੋਂ ਪੁਲ ਖੁੱਲ੍ਹੇ ਹੋਏ ਨੇ, ਆਪਣੀ ਆਪਣੀ ਜਗ੍ਹਾ 'ਤੇ ਚੱਲੋ ਤੁਸੀਂ, ਕਿਉਂ ਤੁਸੀਂ ਰੋਂਗ ਸਾਈਡ ਆ ਰਹੇ ਹੋ? ਨਹੀਂ ਮੰਨਦੀ ਤਾਂ ਉਹਦੇ ਲਈ ਪ੍ਰਸ਼ਾਸਨ ਹੈ, ਪ੍ਰਸ਼ਾਸਨ ਸਰ ਡਿਊਟੀ ਕਰਦਾ ਹੈ, ਚਲਾਨ ਵੀ ਕਰਦਾ, ਪਰ ਲੋਕ ਨਹੀਂ ਹਟਦੇ। ਹੁਣ ਸਵੇਰੇ ਸਵੇਰੇ 7 ਵਜੇ ਕਿਹੜਾ ਪ੍ਰਸ਼ਾਸਨ ਲਾ, ਹੁਣ ਉਹ ਤਾਂ ਵਿਚਾਰੇ 7 ਵਜੇ ਦੇ ਆ ਕੇ ਡਿਊਟੀ ਕਰ ਰਹੇ ਨੇ ਆਪਣੀ। ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਜੀ? ਬਹੁਤ ਬਚਾਅ ਹੋ ਗਿਆ ਜੀ, ਸਾਈਕਲ ਵਾਲਾ ਕਿਸ ਤਰ੍ਹਾਂ ਬਚ ਗਿਆ? ਹਾਂਜੀ ਸਭ ਬਚ ਗਿਆ ਜੀ, ਕੋਈ ਨੁਕਸਾਨ ਨਹੀਂ ਹੋਇਆ। ਪੋਰਟ ਦਾ ਮਾਲ, ਪੋਰਟ ਦਾ ਮਾਲ ਭਰ ਕੇ ਆ ਰਹੇ ਸੀ ਅਤੇ ਸਾਈਕਲ ਮੂਹਰੇ ਆ ਗਿਆ, ਉਹਨੂੰ ਪਹੁੰਚਾਉਂਦੇ ਗੱਡੀ ਪਲਟ ਗਈ, ਸਾਈਕਲ ਵਾਲੇ ਨੂੰ ਪਹੁੰਚਾ ਲਿਆ, ਜਾਣੀ ਜਾਨ ਨੂੰ ਦਾ ਖਤਰਾ ਪਹੁੰਚਾ ਲਿਆ, ਜਾਣੀ ਮੈਂ ਆਪਦੀ ਗੱਡੀ ਪਲਟਾ ਲਈ। ਕਿੱਥੋਂ ਆ ਰਹੇ ਸੀ? ਇਹ ਫੋਗਲ ਪੁਆਇੰਟ 'ਚੋਂ ਲੋਡ ਕਰਕੇ ਪੋਰਟ ਦਾ ਮਾਲ ਬਠਿੰਡੇ ਜਾਣਾ ਸੀ। ਅਤੇ ਕਿਸ ਕਦਰ ਟਰਾਲਾ ਜਿਹੜਾ ਸਾਈਕਲ ਨੂੰ ਬਚਾਉਣ ਕਰਕੇ? ਹਾਂਜੀ ਹਾਂ, 7:30 ਵਜੇ ਦਾ ਟਾਈਮ ਸੀ। ਕੋਈ ਆਪਸੀ, ਕੋਈ ਆਪਸੀ ਗੱਡੀਆਂ ਦੇ ਵਿੱਚ ਕੋਈ ਟੱਕਰ ਹੋਈ? ਨਹੀਂ ਜੀ, ਕੋਈ ਨਹੀਂ, ਕਿਉਂਕਿ ਉਹਨੂੰ ਪਹੁੰਚਾਉਣ ਦੇ ਕਦ ਕੀ ਤਾਂ ਪਲਟੀ ਹੋ ਗਿਆ। ਕਿੰਨੇ ਕੁ ਵਜੇ ਹੋਇਆ ਇਹ? 7:30 ਵਜੇ ਹੋਇਆ। ਅਤੇ ਓਵਰ ਸਪੀਡ ਆ ਰਹੀ ਸੀ? ਓਵਰ ਸਪੀਡ ਨਹੀਂ ਜੀ, ਸਪੀਡ ਸੀਗੀ 15-16 ਦੀ। ਹਾਂਜੀ। ਅਤੇ ਗੱਡੀ ਰੋਂਗ ਸਾਈਡ ਜਾ ਰਹੀ ਸੀ? ਨਾ, ਰੋਂਗ ਸਹੀ ਆ ਰਹੀ ਸੀ ਗੱਡੀ। ਅਤੇ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਸੜਕਾਂ 'ਤੇ ਹੁੰਦੇ ਹੋ ਹਮੇਸ਼ਾ? ਹਾਂਜੀ ਹਾਂਜੀ। ਤੁਹਾਨੂੰ ਕੀ ਲੱਗਦਾ ਇਸ ਪੁਲ 'ਤੇ ਕੀ ਕਮੀ ਹੈ ਕਿ ਜੋ ਐਕਸੀਡੈਂਟ ਦੇ ਕਾਰਨ ਲਗਾਤਾਰ ਬਣੇ? ਕਮੀ ਆਇਆ ਜੀ, ਕਮੀ ਤਾਂ ਸਾਨੂੰ ਇਹ ਰੋਡ ਦੀ ਤਾਂ ਕੋਈ ਦੱਸ ਨਹੀਂ ਜਾਂਦੇ, ਮੂਹਰੇ ਮੇਰੇ ਸਾਈਕਲ ਆ ਗਿਆ, ਉਹਦੀ ਪਹੁੰਚਾਉਣ ਖਾਤਰ ਇਹ ਕੰਮ ਹੋਇਆ। ਤੁਹਾਨੂੰ ਨਹੀਂ ਲੱਗਦਾ ਜਿਹੜੇ ਰੋਂਗ ਸਾਈਡ ਜਾਂਦੇ ਆ ਤੁਸੀਂ ਡਰਾਈਵਰ ਹੋ? ਹਾਂਜੀ ਹਾਂ, ਰੋਂਗ ਸਾਈਡ ਵਾਲਿਆਂ ਦੀ ਵੀ ਗਲਤੀ ਆ, ਰੋਂਗ ਸਾਈਡ ਜਾਂਦੇ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਹੈ ਜੀ ਕਾਰਵਾਈ, ਤੁਹਾਡੇ ਵੱਲੋਂ ਕੀ ਕਿਹਾ ਜਾਣਾ ਚਾਹੀਦਾ? ਕਾਰਵਾਈ ਹੋਣੀ ਚਾਹੀਦੀ ਹੈ, ਰੋਂਗ ਸਾਈਡ ਵਾਲੇ ਆ ਜਾਂਦੇ ਆ ਜੀ। ਹੁਣ ਕਿਸ ਤਰ੍ਹਾਂ ਸੰਭਾਲ ਲਿੱਤਾ ਗਿਆ, ਕੀ ਹੋਇਆ? ਸੰਭਾਲ ਲਿਆ, ਕੰਟੇਨਰ ਥੱਲੇ ਡਿੱਪਿਆ, ਗੱਡੀ ਸਿੱਧੀ ਕਰ ਲਈ। ਅੱਛਾ, ਇਹ 'ਚ ਸਪੋਰਟ ਦਾ ਮਾਲ ਆ, ਸੀਲ ਬੰਦ ਹੁੰਦਾ ਡੱਬਾ, ਸਾਨੂੰ ਨਹੀਂ ਪਤਾ, ਨੁਕਸਾਨ ਨਹੀਂ ਹੋਇਆ ਕੋਈ, ਨੁਕਸਾਨ ਗੱਡੀ ਦਾ ਹੋਇਆ। ਸਰ, ਟੰਡਾਰੀ ਪੁਲ ਦੇ ਕੋਲ ਇੱਕ ਟਰਾਲਾ ਪਲਟ ਗਿਆ, ਕਿਸ ਤਰ੍ਹਾਂ ਪਲਟਿਆ ਇਹ? ਇਹ ਸਵੇਰੇ ਕਰੀਬ 7:15 20 ਮਿੰਟ ਦੀ ਗੱਲ ਹੈ, ਇਹ ਟਰਾਲਾ ਆ ਰਿਹਾ ਸੀ ਢੰਡਾਰੀ ਪੁਲ ਤੋਂ ਉੱਪਰੋਂ, ਅਤੇ ਥੋੜ੍ਹੀ ਜਿਹੀ ਇਹਦੀ ਤੇਜ਼ ਰਫਤਾਰ ਹੋਣ ਕਰਕੇ ਅਤੇ ਪਬਲਿਕ ਨੂੰ ਬਚਾਉਣ ਵਾਸਤੇ ਇਹਨੇ ਆਪਣਾ ਥੋੜ੍ਹਾ ਕੱਟ ਮਾਰਿਆ ਅਤੇ ਉਹ ਟਰਾਲਾ ਪਲਟ ਗਿਆ। ਕਿੰਨੇ ਕੁ ਵਜੇ ਦਾ ਇਹ ਟਾਈਮ ਸੀ? 7:20 ਦੀ ਗੱਲ ਹੈ। ਕੋਈ ਡਰਾਈਵਰ ਵਗੈਰਾ ਜ਼ਖਮੀ ਹੋਏ ਆ ਕੁਛ? ਡਰਾਈਵਰ ਠੀਕ ਹੈ, ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ, ਜਾਂਚ ਪੜਤਾਲ ਜਾ ਰਹੀ। ਆਪਸੀ ਕੋਈ ਗੱਡੀ ਦਾ ਟੱਕਰ ਹੋਇਆ ਹੋਵੇ? ਕੋਈ ਟੱਕਰ ਨਹੀਂ।
ਤੇ ਲਗਾਤਾਰ ਦੇਖਿਆ ਜਾਂਦਾ ਹੈ ਸਕੂਲ ਤੇ ਹਾਦਸੇ ਲਗਾਤਾਰ ਬਣੇ ਰਹਿੰਦੇ ਨੇ, ਉਹ ਕੀ ਕਾਰਨ ਨੇ? ਇਹ ਤੇਜ਼ ਰਫ਼ਤਾਰ ਦੀ ਹੈ, ਤੇਜ਼ ਰਫ਼ਤਾਰ ਦੀ ਕਾਰਨ ਸਰ ਉਹ ਤਾਂ ਪ੍ਰਸ਼ਾਸਨ ਦੀ ਉਹ ਦੇਖ ਰੇਖ ਦੇ ਵਿੱਚ ਹੋਣਾ ਚਾਹੀਦਾ, ਤੇਜ਼ ਰਫ਼ਤਾਰ ਦੇ ਵਿੱਚ ਗੱਡੀਆਂ ਆਉਂਦੀਆਂ ਨੇ ਉਹ ਤਾਂ ਫਿਰ ਪ੍ਰਸ਼ਾਸਨ ਦੇ ਪੁਲ ਦੀ ਤਰਾਈ ਹੈ ਨਾ, ਪੁਲ ਦੀ ਤਰਾਈ ਕਰਕੇ ਅਤੇ ਇਹ ਕੰਟੇਨਰ ਜਿਹੜਾ ਲੋਡ ਸੀ ਉਹਨੇ ਕੱਟ ਮਾਰਿਆ ਅਤੇ ਉਹ ਪਲਟ ਗਿਆ। ਇੱਥੇ ਸਰ ਰੋਂਗ ਸਾਈਡ ਵੀ ਗੱਡੀਆਂ ਜਿਹੜੀਆਂ ਜਾਂਦੇ ਨੇ, ਹੁਣ ਅਸੀਂ ਵੀ ਇੱਥੇ ਦੇਖਿਆ ਰੋਂਗ ਸਾਈਡ ਗੱਡੀਆਂ ਜਾਂਦੀਆਂ ਨੇ, ਉਸ ਤੋਂ ਲੈ ਕੇ ਲਗਾਤਾਰ ਜਿਹੜੇ ਹਾਦਸੇ ਵੱਧ ਰਹੇ ਨੇ ਉਹ ਕਿਉਂ ਹੋ ਰਹੇ ਨੇ? ਇਹ ਰੋਂਗ ਸਾਈਡ ਜਾਂਦੇ ਲੋਕ ਨਹੀਂ ਹਟਦੇ, ਜਿਹੜੇ ਕਾਬੂ ਆ ਜਾਂਦੇ ਨੇ ਉਹਨਾਂ ਦਾ ਚਲਾਨ ਕੱਟ ਕੇ ਉਹਨਾਂ ਨੂੰ ਤੋੜ ਦੀਦਾ। ਅਤੇ ਵੱਡੀਆਂ ਗੱਡੀਆਂ ਵੀ ਸਰ ਨਿਕਲਦੀਆਂ ਇੱਧਰੋਂ, ਉਹਨਾਂ ਦਾ ਫਿਰ ਹਾਦਸੇ ਤਾਂ ਹੋਣੇ ਆ, ਹਾਂ ਉਹ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਉਹਨਾਂ 'ਤੇ? ਦੇਖੋ ਹੁਣ ਅਗਲਾ ਪੁਲ ਚਾਲੂ ਹੋ ਗਿਆ, ਪਹਿਲਾਂ ਇੱਧਰੋਂ ਜਾਂਦੇ ਸੀ, ਉਹਨਾਂ ਦੀ ਆਦਤ ਬਣ ਚੁੱਕੀ ਸੀ, ਜਿਹਨੂੰ ਤਾਂ ਪਤਾ ਹੈਗਾ ਉਹ ਤਾਂ ਆਪਣਾ ਜਿਹੜਾ ਰੂਟ ਹੈਗਾ ਉੱਧਰ ਜਾਂਦਾ, ਜਿਹਨੂੰ ਨਹੀਂ ਪਤਾ ਉਹਨੂੰ ਰੋਕ ਕੇ ਦੱਸ ਦਿੱਤਾ ਜਾਂਦਾ ਵੀ ਦੂਜਾ ਪੁਲ ਚਾਲੂ ਹੋ ਗਿਆ ਉਹਦੇ ਉੱਪਰ ਦੀ ਜਾ। ਜਾਨਮਾਲ ਦਾ ਕੋਈ ਨੁਕਸਾਨ ਨਹੀਂ? ਜਾਨਮਾਲ ਦਾ ਨੁਕਸਾਨ ਤਾਂ ਕੋਈ ਨਹੀਂ, ਟਰਾਲਾ ਸਿੱਧਾ ਕਰ ਲਿੱਤਾ ਗਿਆ। ਹਾਂ, ਟਰਾਲਾ ਸਿੱਧਾ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਮਨਦੀਪ ਸਿੰਘ ਦੇ ਨਾਲ ਕੈਮਰਾਮੈਨ ਬੱਲੂ ਦੀ।